ਅੰਮ੍ਰਿਤਸਰ 'ਚ ਵੱਡੀ ਵਾਰਦਾਤ। ਨੌਜਵਾਨ ਨੇ ਆੜਤੀਏ ਤੇ ਕੀਤੀ ਤਾਵੜ ਤੋੜ ਫਾਇਰਿੰਗ। ਦੋ ਗਨਮੈਨਾਂ ਦੀ ਹਾਜ਼ਰੀ 'ਚ ਚਲਾਈਆਂ ਗੋਲੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਵਿੰਦਰਵੀਰ ਸਿੰਘ। ਅੰਮ੍ਰਿਤਸਰ ਦੇ ਨਾਲ ਲੱਗਦੇ ਕਸਬਾ ਰਾਮਦਾਸ 'ਚ ਇੱਕ ਆੜਤੀ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਆੜਤੀਏ ਤੇ ਕੁਝ ਨੌਜਵਾਨਾਂ ਵੱਲੋਂ ਤਾਵੜ ਤੋੜ ਫਾਇਰਿੰਗ ਕੀਤੀ ਗਈ। ਜਾਣਕਾਰੀ ਮੁਤਾਬਕ ਆੜਤੀਏ ਤੇ ਦੋ ਗਨਮੈਨਾਂ ਦੀ ਹਾਜ਼ਰੀ 'ਚ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਕਿ ਆੜਤੀਏ ਤੋਂ 5 ਕਰੋੜ ਦੀ ਫਿਰੌਤੀ ਮੰਗੀ ਗਈ ਸੀ। ਜਦ ਫਿਰੌਤੀ ਨਾ ਦਿੱਤੀ ਗਈ ਤਾਂ ਉਸ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਆੜਤੀਆ ਜ਼ਖਮੀ ਹੋ ਗਿਆ। ਹੋਰ ਤਾਂ ਹੋਰ, ਹਮਲਾ ਕਰਨ ਤੋਂ ਬਾਅਦ ਫਿਰ ਆੜਤੀਏ ਨੂੰ ਫੋਨ ਕਰਕੇ ਧਮਕੀ ਦਿੱਤੀ ਗਈ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ 5 ਕਰੋੜ ਦੀ ਫਿਰੌਤੀ ਨਾ ਦਿੱਤੀ ਗਈ ਤਾਂ ਅਗਲੀ ਵਾਰ ਉਹ ਨਹੀਂ ਬਚੇਗਾ। ਕੀ ਨਾਮ ਹੈ ਜੀ? ਮੇਰਾ ਹਾਂਜੀ ਭਾਅ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਸਰਜੀਤ ਸਿੰਘ ਹੈ ਜੀ। ਸਰ, ਕੀ ਇੰਸੀਡੈਂਟ ਹੋਇਆ ਜਿਹੜੀ ਤੁਹਾਡੇ ਉੱਤੇ ਫਾਇਰਿੰਗ ਕੀਤੀ ਗਈ? ਸਰ, ਮੈਨੂੰ ਨਾ 17 ਅਪ੍ਰੈਲ 2024 ਨੂੰ ਧਮਕੀਆਂ ਆਈਆਂ ਹੈ ਬਾਹਰੋਂ। ਫੋਨ ਜਿਹੜਾ ਮੈਨੂੰ ਪਹਿਲਾਂ ਆਇਆ ਹਰਿੰਦਰ ਸਿੰਘ ਹਰਿੰਦੇ ਦਾ ਆਇਆ, ਉਹਨੇ ਆਪਣੇ ਆਪ ਨੂੰ ਹਰਿੰਦਰ ਸਿੰਘ ਰਿੰਦਾ ਦੱਸਿਆ, ਪਰ ਮੈਨੂੰ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ। ਕੋਈ ਵੀਡੀਓ ਕਾਲ ਨਹੀਂ ਹੋਈ, ਵਟਸਐਪ ਕਾਲ ਆਈ ਹੈ। ਅਤੇ ਮੈਨੂੰ ਉਹਨਾਂ ਕਿਹਾ ਵੀ ਤੇਰੇ ਕੋਲ 5 ਕਰੋੜ ਰੁਪਈਆ ਲੈਣਾ, ਤੈਨੂੰ ਸੇਵਾ ਲਾਈ ਹੈ। ਮੈਂ ਕਿਹਾ ਵੀ ਮੈਂ ਗਰੀਬ ਬੰਦਾ, ਮੈਂ ਤੁਹਾਨੂੰ 5 ਕਰੋੜ ਰੁਪਈਆ ਕਿੱਥੋਂ ਦੇਵਾਂਗਾ? ਵਪਾਰੀ ਬੰਦੇ ਹਾਂ, ਕਾਰੋਬਾਰ ਆ, ਤੁਹਾਨੂੰ ਪਤਾ ਕਾਰੋਬਾਰਾਂ 'ਚ ਪੈਸੇ ਮਾੜੇ ਮੋਟੇ ਲੱਗੇ ਹੁੰਦੇ ਆ। ਅਤੇ ਉਸ ਤੋਂ ਬਾਅਦ ਮੈਂ ਫਿਰ ਉਸੇ ਵੇਲੇ ਪੁਲਿਸ ਨੂੰ ਸੂਚਿਤ ਕੀਤਾ, ਉਹਨਾਂ ਨੇ ਮੁਕੱਦਮਾ ਨੰਬਰ 32 ਜਿਹੜਾ 24 ਨੂੰ ਦਰਜ ਕੀਤਾ ਉਹਦਾ ਖਿਲਾਫ਼। ਉਸ ਤੋਂ ਬਾਅਦ ਫਿਰ ਮੈਨੂੰ ਕਾਲਾਂ ਆਉਂਦੀਆਂ ਰਹੀਆਂ ਵੀ ਆਹ ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ, ਜੇ ਤੂੰ ਪੈਸੇ ਨਾ ਦਿੱਤੇ ਤੈਨੂੰ ਮਾਰ ਦੇਣਾ, ਤੇਰੇ ਪਰਿਵਾਰ ਨੂੰ ਮਾਰ ਦੇਣਾ, ਅਤੇ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ। ਮੈਂ ਹਾਂ, ਫਿਰੌਤੀ ਮੰਗੀ ਗਈ ਜੀ, ਆਂਦੇ ਤੁਹਾਡੇ ਕੋਲ 5 ਕਰੋੜ ਲੈਣਾ ਬਸ। ਕਿੰਨੇ ਦਿਨਾਂ ਤੋਂ ਤੁਹਾਨੂੰ ਇਹ ਸਰ? ਮੈਨੂੰ 17 ਚਾਰ 2024 ਤੋਂ ਆਉਣ ਡੀਆਂ ਧਮਕੀਆਂ। ਉਹ ਤੋਂ ਵਟਸਐਪ ਤੇ ਕੋਈ ਕਾਲਿੰਗ ਕਰਦਾ ਜਾਂ ਉਸ ਤਰ੍ਹਾਂ? ਨਾ ਨਾ, ਵਟਸਐਪ ਕਾਲ ਕਰਦਾ ਜੀ। ਨਾ ਨੰਬਰ ਬਾਹਰ ਦਾ ਜੀ। ਜਿਹੜਾ ਨਾਮ ਲੈਂਦਾ ਉਹ ਇੱਕੋ ਬੰਦੇ ਦਾ? ਨਹੀਂ ਨਹੀਂ ਸਰ, ਜਿਹੜਾ ਪਹਿਲਾਂ ਨਾਂ ਲਿਆ ਉਹਨੇ ਕਿਹਾ ਮੈਂ ਹਰਿੰਦਰ ਸਿੰਘ ਰਿੰਦਾ ਬੋਲਦਾ। ਉਹ ਤੋਂ ਬਾਅਦ ਹਰਪ੍ਰੀਤ ਸਿੰਘ ਹੈਪੀ, ਮੇਰੇ ਸਾਡੇ ਪਿੰਡ ਦੇ ਲਾਗੇ ਦਾ ਮੁੰਡਾ ਆ, ਉਹਨੇ ਵੀ ਫੋਨ ਕੀਤਾ ਕਿ ਤੈਨੂੰ ਬਾਬੇ ਨੇ ਕਿਹਾ ਪੈਸੇ ਦੇਣੇ ਪੈਣੇ ਆ, ਬਾਬੇ ਨੇ ਡਿਊਟੀ ਲਾਈ ਆ, ਤੇਰੇ ਕੋਲ ਪੈਸੇ ਲੈਣੇ ਹੀ ਲੈਣੇ ਆ। ਮੈਂ ਉਹਨੂੰ ਕਾਫੀ ਵਾਸਤਾ ਪਾਇਆ ਕਿ ਪੰਜਾਬ ਦੇ ਜਨਤਾ, ਪੰਜਾਬ ਦੀ ਨਵੀਂ ਪਨੀਰੀ ਜਿਹੜੀ ਆ, ਇਹਨਾਂ ਕਾਰਨਾਂ ਕਰਕੇ ਅੱਗੇ ਹੀ ਸਾਰਾ ਪੰਜਾਬ ਛੱਡ ਕੇ ਬਾਹਰ ਧੱਕੇ ਖਾਣ ਡਈ ਆ। ਹੁਣ ਵਿਦੇਸ਼ਾਂ ਦਾ ਵੀ ਕੀ ਹਾਲ ਆ, ਕਿਸੇ ਨੂੰ ਕੰਮ ਨਹੀਂ ਮਿਲਦਾ, ਕੋਈ ਫੁੱਟਪਾਥਾਂ 'ਤੇ ਸੌਣ ਡਿਆ, ਕੋਈ ਜੰਗਲਾਂ 'ਚ ਸੌਣ ਡਿਆ, ਕੋਈ ਭੁੱਖਾ ਰਹਿ ਕੇ ਗੁਜ਼ਾਰਾ ਕਰਨ ਡਿਆ, ਕਈ ਆਤਮ ਹੱਤਿਆ ਕਰਨ ਡਿਆ, ਕਿੰਨਾ ਕੁਝ ਹੋਣ ਡਿਆ। ਪਰ ਮੈਂ ਬੜੇ ਵਾਸਤੇ ਪਾਏ, ਉਹਨਾਂ ਮੇਰਾ ਨਹੀਂ ਸੁਣਿਆ। ਫਿਰ ਮੈਨੂੰ ਵਾਰ ਵਾਰ ਫੋਨ ਕਰੀ ਗਏ, ਫਿਰ ਮੈਂ SSP ਸਾਹਿਬ ਨੂੰ ਦੁਬਾਰਾ ਰਿਕੁਐਸਟ ਕੀਤੀ, ਉਹਨਾਂ ਨੇ ਮੈਨੂੰ 2 ਗਨਮੈਨ ਦਿੱਤੇ। ਠੀਕ ਹੈ ਜੀ, ਹੁਣ ਕੱਲ੍ਹ ਦੀ ਗੱਲ ਆ, ਕੱਲ੍ਹ ਮੈਂ ਆਪਣੀ ਦੁਕਾਨ ਵਧਾਈ 7 ਵਜੇ 7:15 ਵਜੇ। ਮੇਰੀ, ਮੈਂ ਵਸੀਕਾਨਵੀਸ ਦਾ ਕੰਮ ਕਰਦਾ, ਨਾਲ ਮੇਰੇ ਕੋਲ ਗੈਸ ਏਜੰਸੀ ਆ, ਨਾਲ ਮੇਰਾ ਆੜਤ ਦਾ ਕੰਮ ਆ, ਨਾਲ ਮੇਰਾ ਖੇਤੀਬਾੜੀ ਦਾ ਕੰਮ ਆ। ਮੇਰਾ ਇੱਕ ਬੇਟਾ ਹੈ, ਠੀਕ ਹੈ ਜੀ, ਉਹ ਐਡਵੋਕੇਟ ਆ, ਵਕੀਲ ਕੋਰਸ ਕਰਨ ਡਿਆ। ਅਤੇ ਬਸ ਮੈਨੂੰ ਇਹੋ ਆਉਂਦੇ, ਤੇਰਾ ਮੁੰਡਾ ਮਾਰ ਦੇਣਾ। ਅਤੇ ਰਾਤੀ ਮੈਂ ਜਦੋਂ, ਮਤਲਬ ਕਿ ਤੁਹਾਨੂੰ ਜਾਨੋਂ ਮਾਰ, ਹਾਂ ਜਾਨੋਂ, ਸਭ ਤੋਂ ਹੀ ਮਿਲਦੀਆਂ ਆ ਰਹੀਆਂ, ਪਹਿਲਾਂ ਤੋਂ ਮਿਲਦੀਆਂ ਆ ਰਹੀਆਂ ਜੀ। ਅਤੇ ਹੁਣ ਜਿਹੜੀ ਤੁਹਾਡੇ ਗੋਲੀ ਲੱਗੀ ਹੈ, ਕਿਸ ਤਰ੍ਹਾਂ ਲੱਗੀ ਹੈ? ਇਹ ਸਰ, ਮੈਂ ਜਦੋਂ ਮੈਂ ਆਪਣਾ ਗੇਟ ਬੰਦ ਕਰਨ ਲੱਗਾ, ਮਗਰੋਂ ਮੋਟਰਸਾਈਕਲ 'ਤੇ 2 ਮੁੰਡੇ ਆਏ ਆ, ਉਹਨਾਂ 2 ਗੋਲੀਆਂ ਮਾਰੀਆਂ, ਇੱਕ ਬੁਰਜੀ ਨਾਲ ਲੱਗ ਗਈ ਆ, ਇੱਕ ਮੇਰੇ ਇੱਥੋਂ ਲੱਗ ਕੇ ਪੱਟ ਦੇ ਵਿੱਚੋਂ ਕ੍ਰਾਸ ਕਰ ਗਈ, ਦੂਜੇ ਬੰਨੇ ਨਿਕਲ ਗਈ ਆ, ਗੋਲੀ ਲੱਤ 'ਚ ਵੱਜ ਗਈ ਆ। ਉਸ ਤੋਂ ਬਾਅਦ ਮੈਨੂੰ ਉਸੇ ਵੇਲੇ ਪੁਲਿਸ, SHO ਸਾਹਿਬ, DSP ਸਾਹਿਬ ਮੌਕੇ 'ਤੇ ਪਹੁੰਚ ਗਏ ਚੰਦ ਮਿੰਟਾਂ 'ਚ। ਪਬਲਿਕ ਇਕੱਠੀ ਹੋਈ, ਮੈਨੂੰ ਦਵਾ ਦਵਾ ਉਹਨਾਂ ਨੇ ਸਰਕਾਰੀ ਹਸਪਤਾਲ ਖੜਿਆ, ਉੱਥੋਂ ਮੈਨੂੰ ਅੰਮ੍ਰਿਤਸਰ ਰੈਫਰ ਕਰਤਾ। ਠੀਕ ਹੈ ਜੀ, ਜਦੋਂ ਮੈਂ ਰਸਤੇ 'ਚ ਆ ਰਿਹਾ ਹਾਂ, ਮੇਰੇ 'ਤੇ ਗੋਲੀ ਚੱਲਣ ਤੋਂ ਬਾਅਦ ਮੈਨੂੰ 15 ਮਿੰਟਾਂ ਬਾਅਦ ਫੋਨ ਆਇਆ ਦੁਬਾਰਾ ਹਰਪ੍ਰੀਤ ਸਿੰਘ ਹੈਪੀ ਦਾ। ਉਹਨੇ ਮੈਨੂੰ ਕਿਹਾ ਕਿ ਮੈਂ ਬਚ ਗਿਆ। ਮੈਂ ਹਾਂ, ਤੂੰ ਮਾਰਤਾ ਮੈਨੂੰ, ਗੁਰੂ ਰਾਮਦਾਸ ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕਰਕੇ ਰੱਖ ਲਿਆ। ਠੀਕ ਹੈ ਜੀ, ਤੁਹਾਡੇ ਵੱਲੋਂ ਕੋਈ ਕਸਰ ਨਹੀਂ ਰਹੀ। ਫਿਰ ਉਹਨੇ ਮੈਨੂੰ ਕਿਹਾ ਵੀ ਹੁਣ ਤੇਰਾ ਮੁੰਡਾ ਮਾਰਨਾ, ਜਿੰਨੀ ਸਿਕਿਉਰਿਟੀ ਲੈਣੀ ਹੋ ਜੋ ਲੈਣਾ ਹੀ ਲੈ ਲਾ, ਸਾਨੂੰ ਕੋਈ ਡਰ ਨਹੀਂ ਜੀ। ਇਹ ਜਿਹੜਾ ਮਾਮਲਾ ਹੈ, ਪਰਸੋਂ ਸਾਡੇ ਧਿਆਨ ਦੇ ਵਿੱਚ ਆਇਆ, ਪੁਲਿਸ ਵੱਲੋਂ ਸਵਿਫਟਲੀ ਐਕਸ਼ਨ ਕੀਤਾ ਗਿਆ। ਜਿਹੜੇ ਵੀ
ਮੇਨ ਬਿੰਦੂ ਨੇ ਉਹਨਾਂ 'ਤੇ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ। ਜਿੱਥੇ ਤੱਕ ਇਹਨਾਂ ਦੀ ਸਿਕਿਉਰਿਟੀ ਦਾ ਬੰਦੋਬਸਤ ਦੀ ਗੱਲ ਹੈਗੀ, ਉਹ ਅਸੀਂ ਐਕਸਟਰਾ ਜਿਹੜੀ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ। ਕਈ ਜਿਹੜੇ ਹੈ ਇਨਵੈਸਟੀਗੇਸ਼ਨ 'ਚ ਇਹਨਾਂ ਦੇ ਇਸ ਕੇਸ ਦੇ ਮੁਤਲਕ ਜਿਹੜੇ ਹੈ ਪਹਿਲੂ ਸਾਹਮਣੇ ਆਏ ਨੇ, ਬੜੇ ਸੈਂਸਿਟਿਵ ਪਹਿਲੂ ਸਾਹਮਣੇ ਆਏ ਨੇ। ਅਸੀਂ ਉਹਨਾਂ ਸਾਰਿਆਂ ਦੀ ਜਿਹੜੀ ਹੈ ਤਫਤੀਸ਼ ਕਰ ਰਹੇ ਹਾਂ, ਅਤੇ ਟਾਈਮਲੀ ਜਿਵੇਂ ਜਿਵੇਂ ਤੱਕ ਸਾਹਮਣੇ ਪੇਸ਼ ਹੋਣਗੇ ਆਉਣਗੇ ਇਨਵੈਸਟੀਗੇਸ਼ਨ 'ਚ, ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣ।